ਕਿੱਥੋਂ ਲਿਆ ਪੀਸ? ਲੰਡਨ ਤੋਂ। ਅੱਛਾ, ਬਹੁਤ ਸੋਹਣਾ। ਕੀ ਹੋਇਆ? ਨਾ ਤੂੰ ਲੰਡਨ ਕਦੋਂ ਜਾਏਗੀ? ਇੰਨਾ ਤਾਂ ਚੱਲਦਾ ਹੈ, ਕੀ ਫਰਕ ਪੈਂਦਾ ਹੈ? ਮੈਨੂੰ ਫਰਕ ਪੈਂਦਾ? ਜਦ ਤੂੰ ਮੇਰੇ ਬੌਸ ਦੀ ਵਾਈਫ ਨੂੰ ਝੂਠ ਬੋਲਦੀ ਹੈ ਨਾ, ਤਾਂ ਮੈਨੂੰ ਫਰਕ ਪੈਂਦਾ। ਤੈਨੂੰ ਕਿੰਨੀ ਵਾਰ ਸਮਝਾਇਆ ਕਿ ਫੜਾ ਥੋੜੀ ਘੱਟ ਮਾਰਿਆ ਕਰ। ਤਾਂ ਕੀ ਕਹਿੰਦੀ? ਚੋਰ ਬਾਜ਼ਾਰ ਤੋਂ ਲਿਆਈ ਆ? ਸਾਰਿਆਂ ਸਾਹਮਣੇ ਬੇਇੱਜ਼ਤੀ ਕਰਾਤੀ ਮੇਰੀ। ਬੇਇੱਜ਼ਤੀ? ਓ ਓ ਮਿਸਿਸ ਅਗਰਵਾਲ, ਕਿੰਨਾ ਝੂਠ ਬੋਲਦੀ ਆ, ਉਹਦਾ ਕੀ? ਉਹ ਅਮੀਰ ਲੋਕ ਨੇ, ਉਹ ਝੂਠ ਬੋਲ ਸਕਦੇ ਆ, ਆਪਾਂ ਉਹਦੀ ਬਰਾਬਰੀ ਨਹੀਂ ਕਰ ਸਕਦੇ। ਮੇਰੇ ਤੇ ਮੇਰੇ ਘਰ ਦੇ ਬਾਰੇ ਕੋਈ ਕੁਝ ਨਹੀਂ ਬੋਲੇਗਾ। ਗੁੰਜਨ ਨੂੰ ਨਾ ਗੱਲ ਗੱਲ ਤੇ ਆਪਣੇ ਘਰ ਦੀ ਤਾਰੀਫ ਸੁਣਨ ਦੀ ਆਦਤ ਹੋ ਗਈ ਸੀ। ਯੂ ਨੋ ਲੇਡੀਜ਼ ਹੈਬਿਟ, ਭੋਲੀ ਹੈ ਵਿਚਾਰੀ। ਯਾਰ, ਪਤੀ ਪਤਨੀ ਵਿੱਚ ਛੋਟੀ ਮੋਟੀ ਲੜਾਈ ਤਾਂ ਹੁੰਦੀ ਰਹਿੰਦੀ ਹੈ, ਪਰ ਡਿਵੋਰਸ ਤੱਕ ਗੱਲ ਕਿੱਦਾਂ ਪਹੁੰਚ ਗਈ? ਤੈਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਮੈਂ ਅੱਜ ਤੱਕ ਦੇ ਆਪਣੇ ਹੁਣ ਤੱਕ ਦੇ ਐਕਸਪੀਰੀਅੰਸ ਦੇ ਵਿੱਚ ਜਿੰਨੇ ਵੀ ਕੇਸ ਲੜੇ ਹੈ ਜਾਂ ਸੁਣੇ ਹੈ, ਉਹਨਾਂ ਦੇ ਵਿੱਚ ਕਿਸੇ ਵੀ ਡਾਇਵੋਰਸ ਕੇਸ ਦੇ ਵਿੱਚ ਕੋਈ ਵੱਡਾ ਕਾਰਨ ਨਹੀਂ ਸੀ। ਛੋਟੀਆਂ ਛੋਟੀਆਂ ਗੱਲਾਂ, ਨਿੱਕੀਆਂ ਨਿੱਕੀਆਂ ਗਲਤ ਵਹਿਮੀਆਂ, ਕਈ ਵਾਰੀ ਨੋਕ ਝੋਕ ਸ਼ੁਰੂ ਹੁੰਦੀ ਹੈ, ਬਹਿਸ ਹੁੰਦੀ ਹੈ, ਪਰ ਖਤਮ ਨਹੀਂ ਹੁੰਦੀ। ਖਤਮ ਹੁੰਦੀ ਆ ਕੇ ਕੋਰਟ ਦੇ ਵਿੱਚ, ਤੇ ਕਿਨੇ ਇਸੇ ਤਰ੍ਹਾਂ ਰਣਵੀਰ ਤੇ ਗੁੰਜਨ ਲਪੇਟੇ ਜਾ ਕੇ। ਗੁੰਜਨ, ਗੁੰਜਨ, ਗੁੰਜਨ! ਹਾਂ, ਕੀ ਹੋਇਆ? ਮੇਰੇ ਬੌਸ ਦਾ ਫੋਨ ਸੀ, ਤੇਰੀ ਉਹਨਾਂ ਨਾਲ ਗੱਲ ਹੋਈ ਹੋਈ? ਹਾਂ। ਤੂੰ ਉਹਨਾਂ ਨੂੰ ਚਾਰ ਭੇਜਿਆ? ਹਾਂ। ਹਾਂ, ਤੂੰ ਚਾਰ ਦੀ ਕੰਪਨੀ ਲਾ ਰਹੀ ਆ ਤੇ ਮੈਨੂੰ ਦੱਸਿਆ ਵੀ ਨਹੀਂ, ਕੀ ਬੇਵਕੂਫੀ ਹੈ? ਮੈਂ ਤੁਹਾਨੂੰ ਦੱਸਣ ਹੀ ਵਾਲੀ ਸੀ, ਸਵੇਰ ਤੋਂ ਕਹਿ ਰਹੀ ਹਾਂ ਕਿ ਤੁਹਾਡੇ ਨਾਲ ਗੱਲ ਕਰਨੀ ਹੈ। ਇਹ ਤਾਂ ਤੂੰ ਮੈਨੂੰ ਰੋਜ਼ ਕਹਿਣੀ ਆ। ਹੁਣ ਮੈਂ ਬੋਲਾਂ? ਹਾਂ ਬੋਲ। ਦੋ ਦਿਨ ਪਹਿਲਾਂ ਤੁਹਾਡੇ ਬੌਸ ਦੀ ਵਾਈਫ ਆਈ ਸੀ ਆਪਣੇ ਫਰੈਂਡਸ ਦੇ ਨਾਲ, ਅਸੀਂ ਛੋਟੀ ਕਿੱਟੀ ਪਾਰਟੀ ਕੀਤੀ ਸੀ, ਮੈਂ ਘਰ ਦਾ ਬਣਾਇਆ, ਅਚਾਰ ਖਵਾਇਆ। ਦੇ ਵੈਂਟ ਮੈਡ, ਫਿਰ ਸਾਰਿਆਂ ਨੇ ਮੈਨੂੰ ਫੋਰਸ ਕੀਤਾ, ਅਸੀਂ ਵਪਾਰ ਕਿਉਂ ਨਾ ਕਰੀਏ, ਇਹਦਾ ਇੱਕ ਫੈਕਟਰੀ ਲਗਾਉਂਦੇ ਹਾਂ। ਨਾ ਹੁਣ ਤੂੰ ਅਚਾਰ ਵੇਚੇਗੀ? ਹਾਂ। ਕੀ ਹੋਇਆ, ਇਹਦੇ 'ਚ ਕੀ ਮਾੜਾ? ਪਰ ਇਹ ਗੱਲ ਮੇਰੇ ਬੌਸ ਕੋਲ ਕਿਵੇਂ ਪਹੁੰਚੀ? ਉਹਨਾਂ ਦੀ ਮਿਸਿਸ ਨੇ ਕਿਹਾ ਕਿ ਤੁਸੀਂ ਇੱਕ ਬੋਤਲ 'ਚ ਅਚਾਰ ਭਰ ਕੇ ਮੈਨੂੰ ਦੇ ਦਿਓ, ਮੇਰੇ ਹਸਬੈਂਡ ਚੱਖਣਗੇ, ਜੇ ਉਹਨਾਂ ਨੂੰ ਪਸੰਦ ਆਇਆ ਤਾਂ ਉਹ ਵੀ ਵਪਾਰ 'ਚ ਹਿੱਸੇਦਾਰ ਬਣ ਜਾਣਗੇ। ਕੀ? ਮੇਰਾ ਬੌਸ ਜਿਹਦੀ ਕਰੋੜਾਂ ਦੀ ਪ੍ਰੋਪਰਟੀ ਆ, ਬਿਜ਼ਨਸ ਚੱਲਦੇ ਆ, ਉਹ ਅਚਾਰ ਦੀ ਫੈਕਟਰੀ ਖੋਲਣਗੇ? ਹੈਂ, ਤੂੰ ਪਾਗਲ ਹੋ ਗਈ ਆ? ਪਰ ਮਿਸਿਸ ਅਗਰਵਾਲ ਨੇ ਹੀ ਕਿਹਾ ਮੈਨੂੰ। ਉਹ ਤੈਨੂੰ ਲੂ ਬਣਾ ਰਿਹਾ, ਤੈਨੂੰ ਪਾਗਲ ਬਣਾ ਰਿਹਾ, ਉਹ ਤੇਰੀ ਟੰਗ ਖਿੱਚ ਰਿਹਾ। ਇਹ ਵੱਡੇ ਲੋਕਾਂ ਦਾ ਫਿਕਸ ਕਰਨ ਦਾ ਤਰੀਕਾ ਹੁੰਦਾ।